ਫਿਲਹਾਲ ਤਾਂ ਇਸ ਗਲੀ ਦੇ ਵਿੱਚ ਇੱਕਾ ਦੁੱਕਾ ਬੰਦੇ ਹੀ ਆਉਂਦੇ ਜਾਂਦੇ ਦਿਖਾਈ ਦੇ ਰਹੇ ਨੇ, ਬਹੁਤੀ ਆਵਾਜਾਈ ਨਹੀਂ ਹੈ। ਇਸੇ ਦਾ ਫਾਇਦਾ ਚੁੱਕਦੇ ਹੋਏ ਮੁੰਡਿਆਂ ਨੇ ਜੋ ਘਟੀਆ ਕਾਰਾ ਕੀਤਾ, ਜਿਸ ਦੇ ਸੀਨ ਅਸੀਂ ਤੁਹਾਨੂੰ ਅੱਗੇ ਦਿਖਾਉਣ ਜਾ ਰਹੇ ਹਾਂ, ਉਹ ਦੇਖ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ। ਜੀ ਹਾਂ, ਹੁਣ ਦੇਖੋ ਕਿਵੇਂ ਹਨੇਰੀ ਵਾਂਗੂ ਆਏ ਇਹ ਮੁੰਡੇ। ਇੱਕ ਮੁੰਡਾ ਦੁਕਾਨ ਦੇ ਵਿੱਚ ਵੜ ਗਿਆ ਅਤੇ ਜਿਸਨੇ ਮਿੰਟਾਂ ਸਕਿੰਟਾਂ 'ਚ ਸਿਲੰਡਰ ਚੁੱਕ ਆਪਣੇ ਮੋਟਰਸਾਈਕਲ 'ਤੇ ਰੱਖਿਆ ਅਤੇ ਫਿਰ ਮੋਟਰਸਾਈਕਲ ਦਾ ਜਹਾਜ਼ ਬਣਾ ਦਿੱਤਾ। ਮੁੰਡਿਆਂ ਨੇ ਜੰਬੋ ਜੈੱਟ ਨੂੰ ਵੀ ਫੇਲ ਕਰ ਦਿੱਤਾ, ਜਿਨ੍ਹਾਂ ਦੀ ਘਟੀਆ ਹਰਕਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ, ਜਿਨ੍ਹਾਂ ਨੂੰ ਦੇਖ ਲੋਕਾਂ ਨੇ ਇਹਨਾਂ ਮੁੰਡਿਆਂ ਨੂੰ ਪੂਰੀਆਂ ਲੱਖ ਲੱਖ ਦੀਆਂ ਲਾਹਣਤਾਂ ਪਾਈਆਂ ਨੇ। ਦਰਅਸਲ ਇਹ ਘਟਨਾ ਜ਼ਿਲ੍ਹਾ ਮਾਨਸਾ ਦੇ ਇੱਕ ਬਾਜ਼ਾਰ ਦੀ ਹੈ, ਜਿੱਥੇ ਇਹਨਾਂ ਮੁੰਡਿਆਂ ਨੇ ਦਿਨ ਦਿਹਾੜੇ ਵਾਰਦਾਤ ਨੂੰ ਅੰਜਾਮ ਦਿੱਤਾ। ਸੋ ਦੋਸਤੋ, ਤੁਸੀਂ ਵੀ ਆਪਣੇ ਘਰਾਂ ਅਤੇ ਦੁਕਾਨਾਂ ਦੀ ਸੁਰੱਖਿਆ ਯਕੀਨੀ ਬਣਾਓ, ਕਿਉਂਕਿ ਪੰਜਾਬ ਦਾ ਮਾਹੌਲ ਬਹੁਤ ਖਰਾਬ ਹੁੰਦਾ ਜਾ ਰਿਹਾ। ਸ਼ਰੇਆਮ ਲੁਟੇਰੇ ਚੋਰ ਡਾਕੂ ਲੋਕਾਂ ਦਾ ਸਮਾਨ ਚੁੱਕ ਰਹੇ ਨੇ, ਉਹਨਾਂ ਨੂੰ ਲੁੱਟ ਰਹੇ ਨੇ। ਕੋਈ ਪਤਾ ਨਹੀਂ ਅਜਿਹੇ ਲੁਟੇਰੇ ਕਦੋਂ ਤੁਹਾਡੇ ਘਰ ਜਾਂ ਦੁਕਾਨ 'ਚ ਵੜ ਕੇ ਤੁਹਾਨੂੰ ਨਿਸ਼ਾਨਾ ਬਣਾ ਦੇਣ। ਫਿਲਹਾਲ ਤਾਂ ਇਸ ਗਲੀ ਦੇ ਵਿੱਚ ਇੱਕਾ ਦੁੱਕਾ ਬੰਦੇ ਹੀ ਆਉਂਦੇ ਜਾਂਦੇ ਦਿਖਾਈ ਦੇ ਰਹੇ ਨੇ, ਬਹੁਤੀ ਆਵਾਜਾਈ ਨਹੀਂ ਹੈ। ਇਸੇ ਦਾ ਫਾਇਦਾ ਚੁੱਕਦੇ ਹੋਏ ਮੁੰਡਿਆਂ ਨੇ ਜੋ ਘਟੀਆ ਕਾਰਾ ਕੀਤਾ, ਜਿਸ ਦੇ ਸੀਨ ਅਸੀਂ ਤੁਹਾਨੂੰ ਅੱਗੇ ਦਿਖਾਉਣ ਜਾ ਰਹੇ ਹਾਂ, ਉਹ ਦੇਖ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ। ਜੀ ਹਾਂ, ਹੁਣ ਦੇਖੋ ਕਿਵੇਂ ਹਨੇਰੀ ਵਾਂਗੂ ਆਏ ਇਹ ਮੁੰਡੇ। ਇੱਕ ਮੁੰਡਾ ਦੁਕਾਨ ਦੇ ਵਿੱਚ ਵੜ ਗਿਆ ਅਤੇ ਜਿਸਨੇ ਮਿੰਟਾਂ ਸਕਿੰਟਾਂ 'ਚ ਸਿਲੰਡਰ ਚੁੱਕ ਆਪਣੇ ਮੋਟਰਸਾਈਕਲ 'ਤੇ ਰੱਖਿਆ ਅਤੇ ਫਿਰ ਮੋਟਰਸਾਈਕਲ ਦਾ ਜਹਾਜ਼ ਬਣਾ ਦਿੱਤਾ। ਮੁੰਡਿਆਂ ਨੇ ਜੰਬੋ ਜੈੱਟ ਨੂੰ ਵੀ ਫੇਲ ਕਰ ਦਿੱਤਾ, ਜਿਨ੍ਹਾਂ ਦੀ ਘਟੀਆ ਹਰਕਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ, ਜਿਨ੍ਹਾਂ ਨੂੰ ਦੇਖ ਲੋਕਾਂ ਨੇ ਇਹਨਾਂ ਮੁੰਡਿਆਂ ਨੂੰ ਪੂਰੀਆਂ ਲੱਖ ਲੱਖ ਦੀਆਂ ਲਾਹਣਤਾਂ ਪਾਈਆਂ ਨੇ। ਦਰਅਸਲ ਇਹ ਘਟਨਾ ਜ਼ਿਲ੍ਹਾ ਮਾਨਸਾ ਦੇ ਇੱਕ ਬਾਜ਼ਾਰ ਦੀ ਹੈ, ਜਿੱਥੇ ਇਹਨਾਂ ਮੁੰਡਿਆਂ ਨੇ ਦਿਨ ਦਿਹਾੜੇ ਵਾਰਦਾਤ ਨੂੰ ਅੰਜਾਮ ਦਿੱਤਾ। ਸੋ ਦੋਸਤੋ, ਤੁਸੀਂ ਵੀ ਆਪਣੇ ਘਰਾਂ ਅਤੇ ਦੁਕਾਨਾਂ ਦੀ ਸੁਰੱਖਿਆ ਯਕੀਨੀ ਬਣਾਓ, ਕਿਉਂਕਿ ਪੰਜਾਬ ਦਾ ਮਾਹੌਲ ਬਹੁਤ ਖਰਾਬ ਹੁੰਦਾ ਜਾ ਰਿਹਾ। ਸ਼ਰੇਆਮ ਲੁਟੇਰੇ ਚੋਰ ਡਾਕੂ ਲੋਕਾਂ ਦਾ ਸਮਾਨ ਚੁੱਕ ਰਹੇ ਨੇ, ਉਹਨਾਂ ਨੂੰ ਲੁੱਟ ਰਹੇ ਨੇ। ਕੋਈ ਪਤਾ ਨਹੀਂ ਅਜਿਹੇ ਲੁਟੇਰੇ ਕਦੋਂ ਤੁਹਾਡੇ ਘਰ ਜਾਂ ਦੁਕਾਨ 'ਚ ਵੜ ਕੇ ਤੁਹਾਨੂੰ ਨਿਸ਼ਾਨਾ ਬਣਾ ਦੇਣ। ਹਕੀਕੀ ਟੀਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ।